अस्सलामुअलैकुम जी, कैसे हैं आप सब? उम्मीद है सब लोग ठीक ठाक होंगे, खैरियत से होंगे। अच्छा जी, तैयारी हमारी हो गई है, हम लोग जा रहे हैं बाजी को छोड़ने के लिए। अब भाई जवेर नू या बासू को रख देना मैं। अच्छा 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 जी, अभी ना तैयारी हो गई हमारी, तो अभी हम लोग चलते हैं। भाई बासू को रख देना, उन्हें कपड़े नहीं पाए। हाँ जी भाई, बासू को मैं चाय पीनी, मैं कुछ भी नहीं पाना। जाना मैं तुम्हें ना साढ़े ਚੌਕਾ ਸਮ ਉਤਰ ਜਾਣਾ, ਮੈਂ ਅੱਗੇ ਜਾਣਾ, ਨਾਲੇ ਮੇਰੇ ਕੋਲ ਤੇਜ਼ਾਬ ਆ, ਮੈਂ ਪਕੜ ਕੇ ਬੈਠਣਾ ਸੀ ਇੱਥੇ। ਬਚਾਈ ਬੀਬੀ ਹੈ, ਉੱਥੇ ਕਰੋਲੇ ਤੇ ਜਾਂਦੀ ਪਈ ਬੀਬੀ। ਅੱਛਾ ਜੀ, ਹੁਣ ਅਸੀਂ ਜਾ ਰਹੇ ਹਾਂ ਭੈਣਾਂ ਘਰ, ਭੈਣਾਂ ਨੂੰ ਬਸ ਮਿਲਣਾ, ਕਿਉਂਕਿ ਉਹਦੇ ਬੱਚੇ ਬਿਮਾਰ ਆ। ਮੈਂ ਕਿਹਾ ਜਾਂਦੀ ਫਿਰ ਪਤਾ ਲੈ ਲੈ, ਅੱਜ ਮੈਂ ਬਾਈਚਾਰਾ ਦਾ ਵੀ ਮੈਸੇਜ ਆਇਆ ਸੀ, ਤੁਸੀਂ ਮੇਰੇ ਕੋਲ ਨਹੀਂ ਆਉਂਦੇ ਹੈਗੇ। ਮੈਂ ਕਿਹਾ ਵੀ ਬਾਈ ਫਿਆਜ਼ ਨੇ ਜਾਣਾ ਵਾ, ਮੈਂ ਤਾਂ ਬਾਜੀ ਕੋਲ ਕੱਲ੍ਹ ਹੋ ਗਏ ਹਾਂ। ਮੇਰਾ ਕਹਿ ਰਹੀ ਸੀ, ਤੁਹਾਡਾ ਨਹੀਂ ਸੀ ਕਹਿ ਰਹੀ? ਅੱਛਾ ਜੀ, ਮੈਂ ਜਾਣਾ ਕੰਮ, ਫਿਰ ਮੈਂ ਉਧਰੋਂ ਆਇਆ ਨਾ ਵਾਪਸ। ਹਾਂਜੀ ਚਲਾਂਗੇ, ਤੁਸੀਂ ਉਧਰੋਂ ਫਿਰ ਕੇ ਆ ਜਾਣਾ, ਫਿਰ ਤੁਸੀਂ ਮੇਰੇ ਕੋਲ ਆਏ ਨਾ, ਅਤੇ ਫਿਰ ਜਿਹੜਾ ਨਾ ਬਾਈਚਾਰਾ ਕੋਲ ਜਾਵਾਂਗੇ, ਤੁਸੀਂ ਵੀ ਮੈਂ ਵੀ ਜਾ ਜੂੰਗੀ। ਅਤੇ ਅੱਗੇ ਆ, ਮੈਂ ਵੀ ਉਹ ਦੁਕਾਨ ਜਾ ਰਹੀ ਹਾਂ, ਜਾਨਵਰ ਜਗਨ ਦੇ ਗਾਈਆਂ। ਲੇਕਿਨ ਹੈ ਛੋਟਾ, ਤੁਹਾਡਾ ਖੁੱਲਾ ਵਾ। ਮੈਂ ਤਾਂ ਬਹੁਤ ਹੀ ਵੱਡਾ ਕੀਤਾ, ਕੱਲ ਜਿਹੜੇ ਮਹਿਮਾਨ ਆਏ ਸੀ ਉਹ ਵੀ ਕਹਿ ਰਹੇ ਸੀ, ਕਹਿੰਦੇ ਭਾਈ ਬਹੁਤ ਵੱਡਾ ਘਰ ਬਣਾਇਆ। ਮਾਸ਼ਾਅੱਲਾ, ਫਿਰ ਹਮ ਲੋਕ ਸ਼ਹਿਰ ਜਾਏਂਗੇ, ਸਮਾਨ ਜੋ ਲੈਣਾ ਹੈ ਵੋ ਲੇਂਗੇ, ਔਰ ਫਿਰ ਅੱਲਾਹ ਹਾਫਿਜ਼, ਫਿਰ ਸ਼ਾਮ ਕੋ ਘਰ ਵਾਪਸ। ਪੀ ਲਓ ਵੀ, ਆਪਣੀ ਆਪਣੀ ਚਾਹ ਚੁੱਕ ਲਓ, ਮੈਨੂੰ ਆਹ ਕੱਪ ਦੇ ਦਿਓ। ਪੀ ਲਓ ਵੀ, ਚਾਹ ਪੀ ਲਓ। ਹਾਂਜੀ ਚਾਹ ਪੀ ਲਓ। ਹਮ ਲੋਕ ਆਤੇ ਹੋਏ ਨਾ ਰਾਸਤੇ ਪੇ, ਰੋਟੀਆਂ ਵੀ ਲੈ ਕੇ ਆਏ, ਸਾਲਨ ਵੀ ਲੈ ਕੇ ਆਏ। ਕਿਉਂ ਕਿ ਨਹੀਂ ਜਲਦੀ ਪੱਕਦਾ? ਦੋ ਹੋਟਲ ਪੇ ਮੈਂ ਗਿਆ ਹਾਂ, ਇੱਕ ਸੇ ਦਾਲ ਚਨਾ ਜੋ ਹੈ ਨਾ, ਚਨੇ ਕੀ ਦਾਲ ਲੈ ਕੇ ਆਇਆ ਹਾਂ, ਔਰ ਦੂਸਰੇ ਸੇ ਦਾਲ ਮਾਸ ਕੀ। ਪੂਰਾ ਬਣਨਾ ਸੀ। ਹਾਂਜੀ, ਹੈ ਕਿ ਨਹੀਂ ਲਈਆਂ? 12। ਅੱਛਾ ਹਾਂਜੀ, ਕਰਦੀਆਂ ਜਿਹੜੀਆਂ 12 ਲਈਆਂ ਵਾ, ਲੇਕਿਨ ਉਹ ਉੱਥੇ ਤਾਂ ਜੇ ਉਹ ਚੁੱਕੀ ਜਾਂਦੇ ਸੀਗੇ, ਮੈਂ ਇੰਨੀ ਦੇਰ ਗਰਮੀ 'ਚ ਉੱਥੇ ਖਲੋਤਾ ਰਿਹਾ। ਬਾਈ ਤੁਹਾਡੀ ਚਨੇ ਦੀ ਦਾਲ ਮਨਾ ਨਹੀਂ, ਨਾ ਖਾਓ। ਉਹ ਆ ਦੇਖ ਨਾ, ਚੁੱਟੀ ਜਿਹੀ ਸੀਗੀ, ਕਾਲੀ ਮਿਰਚ ਵਾਲੀ ਆ। ਬਈ ਤੁਸੀਂ ਉਹ ਖਾਓ, ਤੁਹਾਨੂੰ ਉਹ ਚੰਗੀ, ਤੁਸੀਂ ਇਹਨਾਂ ਨਾਲ ਦੇਖੋ ਬੜਾ ਖਾਣਾ ਹੋ। ਚਾਹ ਚੱਕ ਤਾ ਦੋਨੋਂ ਘਰ ਦਾ ਕਾਰ, ਹੁਣ ਸਬਰ ਤੇ ਕਰੋ, ਪੈਸੇ ਲਾ ਕੇ ਆਏ ਆ। ਹਾਂਜੀ, ਐਵੇਂ ਤਾਂ ਨਹੀਂ ਲੱਭੀ। ਚਲੋ ਮਿਕਸ ਕਰ ਲਓ, ਥੋੜੀ ਜਿਹੀ ਮਿਕਸ ਕਰ ਲਓ। ਹੂੰ, ਮਿਕਸ ਨਹੀਂ ਕਰਨਾ, ਮੈਨੂੰ ਨਾ ਚੈੱਕ ਕਰੋ। ਬਜੀ ਮੈਂ ਨਾ ਰੋਟੀ ਕੱਢੋ, ਆ ਲਓ ਖਾਓ ਤੁਸੀਂ, ਮੈਂ ਤੁਹਾਨੂੰ ਪਾਣੀ ਪਾ ਕੇ ਦੇਵਾਂ। ਉਹ ਪਾਣੀ ਅਸੀਂ ਪਿਆਲਾਂਗੇ ਆਪੇ, ਤੁਸੀਂ ਰੋਟੀ ਖਾਓ। ਚੈੱਕ ਕਰੋ ਅਲੀ ਕਿਸ ਤਰ੍ਹਾਂ ਦੀ, ਕਿਹੜੀ ਮਜ਼ਦੂਰ ਆ। ਚੈੱਕ ਕਰਕੇ ਮੈਨੂੰ ਵੀ ਦੱਸੋ। ਚੈੱਕ ਕਰ ਸਾਡੀ ਮੈਂ
ਘਿਓ ਚ ਤੇ ਲਾਓ। ਨਹੀਂ ਉਹ ਵੀ ਮਜ਼ੇ ਦੀ ਯਾਰ, ਮੈਨੂੰ ਉਹ ਪਰਲੀ ਮਜ਼ੇ ਦੀ ਲੱਗੀ ਆ, ਦੋਨੋਂ ਮਜ਼ੇਦਾਰ। ਇਹ ਪਾਣੀ ਕੀ ਬੋਤਲਾਂ ਵੀ ਜੋ ਹੈ ਨਾ ਮੈਨੇ ਲੈ ਕੇ ਜਾਣੀ ਹੈ। ਮੈਨੇ ਮੇਰਾ ਪ੍ਰੋਗਰਾਮ ਥਾ ਕਿ ਮੈਂ ਰਾਤ ਰਹੂੰਗਾ, ਲੇਕਿਨ ਇੱਕ ਐਮਰਜੈਂਸੀ ਕਾਮ ਹੈ ਮੁਝੇ, ਭਾਈ ਆਸਿਫ ਨੇ ਬੋਲਾ ਹੈ ਤੋ ਉਹ ਵੀ ਲਾਜ਼ਮੀ ਕਰਨਾ ਹੈ, ਤੋ ਮੈਂ ਫਿਰ ਅਭੀ ਜੋ ਹੈ ਨਾ ਘਰ ਜਾਣੇ ਲਗਾਂ ਵਾਪਸ। ਆ ਮੈਨੂੰ ਰਖਵਾ ਦਿਓ ਇੱਕ ਮਿੰਟ, ਇੱਕ ਬੋਤਲ ਗੰਦੀ। ਅੱਛਾ ਅਸੀਂ ਕਿਹਾ ਸੀ ਅਸੀਂ ਮਟਰਾਂ ਵਾਲੇ ਚੌਲ ਪਕਾਵਾਂਗੇ। ਮੇਰੇ ਆਉਂਦਿਆਂ ਨੂੰ ਅਲੀ ਨੇ ਬੈਡਸ਼ੀਟ ਉਤਾਰੀ ਸੀ, ਬੈਡਸ਼ੀਟ ਧੋਤੀ ਆ, ਕੱਪੜੇ ਅਲੀ ਦੇ ਧੋਤੇ ਆ, ਦੋ ਸੂਟ ਅਲੀ ਦੇ ਸੀ, ਮੇਰਾ ਸੀ ਬੈਡਸ਼ੀਟ, ਇਹ ਧੋ ਕੇ ਅਤੇ ਹੁਣ ਮੈਂ ਲੱਗੀ ਹਾਂ ਖਾਣਾ ਬਣਾਉਣ। ਅਲੀ ਅਤੇ ਬਾਈ ਸ਼ਾਹ ਚਲ ਗਏ ਚੌਕਾ ਅਜ਼ਮ, ਉਹਨਾਂ ਨੂੰ ਕੰਮ ਸੀਗਾ, ਅਤੇ ਮੈਂ ਹੁਣ ਮਟਰ ਆਪ ਹੀ ਕੱਟਣੇ ਪੈਣੇ ਅੱਗੇ, ਮੈਨੂੰ ਅਲੀ ਕੱਢ ਦਿੰਦੇ ਆ। ਮਟਰ ਨਿਕਾਲਦੀ ਹਾਂ, ਪਿਆਜ਼ ਰੱਖੇ ਆ, ਕੁਛ ਬਰੀਕ ਲੈ ਗਏ, ਕੁਛ ਮੋਟੇ ਟਮਾਟਰ, ਮਿਰਚਾਂ, ਆਲੂ, ਮੈਂ ਹੁਣ ਚਾਵਲ ਉਹਨਾਂ ਦੇ ਆਉਂਦਿਆਂ ਬਣਾ ਕੇ ਰੱਖਦੀ ਹਾਂ। ਅਤੇ ਨਾ ਅਲੀ ਦੇ ਬਾਈ ਸ਼ਾਹ ਕਹਿ ਰਹੇ ਸੀ ਸਾਲਨ ਨਾ ਬਣਾਇਓ ਵਾਲੇ ਮਟਰਾਂ ਦਾ, ਤੁਸੀਂ ਜਿਹੜਾ ਨਾ ਚਾਵਲਾਂ 'ਚ ਪਾ ਲਓ। ਮੈਂ ਕਿਹਾ ਚਲੋ ਠੀਕ ਆ, ਅਤੇ ਮੈਂ ਹੁਣ ਨਿਕਾਲਦੀ ਹਾਂ ਮਟਰਾਂ ਦੇ ਦਾਣੇ ਨਿਕਾਲ ਲਏ ਆ। ਕੀ ਆ, ਇੱਕ ਭੋਰਾ ਮਟਰ ਅਤੇ 250 ਰੁਪਏ ਦੇ, ਅਤੇ ਕਿਲੋ 'ਤੇ ਮੈਨੂੰ ਲੱਗਦਾ 600 ਅਤੇ ਕਿਲੋ ਆ, ਹਾਂਜੀ 600 ਸਾਢੇ 400 ਤੋਂ ਕਿਲੋ ਆ, 650 ਤੋਂ ਕਿਲੋ ਯਾਦ ਨਹੀਂ ਹੁਣ ਮੈਨੂੰ। ਇਹ ਟਮਾਟਰਾਂ ਦਾ ਛਿਲਕਾ ਉਤਾਰ ਲਵਾਂ, ਆਲੂ ਅਤੇ ਪਿਆਜ਼ ਧੋ ਕੇ ਫਿਰ ਕੱਟਦੀ ਹਾਂ। ਪਿਆਜ਼ ਵੀ ਕੱਟ ਲਿਆ ਧੋ ਕੇ, ਅਤੇ ਆਹ ਇੱਕ ਪਿਆਜ਼ ਰਾਇਤੇ ਵਾਸਤੇ, ਆਲੂ ਵੀ ਕੱਟ ਲਏ ਆ, ਔਰ ਬਾਕੀ ਮੈਂ ਮਟਰ ਅਤੇ ਟਮਾਟਰ ਅੰਦਰ ਰੱਖੇ ਹੀ ਆ। ਅਤੇ ਹੁਣ ਅਜ਼ਾਨ ਹੋ ਗਈ, ਸਾਡੀ ਪਹਿਲੇ ਨਮਾਜ਼ ਪੜ੍ਹਦੀ ਹਾਂ, ਅਤੇ ਨਮਾਜ਼ ਪੜ੍ਹ ਕੇ ਫਿਰ ਮੈਂ ਖਾਣਾ ਬਣਾਉਣਾ ਸ਼ੁਰੂ ਕਰਦੀ ਹਾਂ। ਬਸ ਚਾਵਲ ਚੁੱਕ ਕੇ ਰੱਖ ਦੇਵਾਂ, ਫਿਰ ਅਜ਼ਾਨ ਨਾਲ ਕੁਛ ਹੋ ਗਈਆਂ, ਕੁਛ ਲੈ ਗਈਆਂ, ਹਾਲੇ ਸਾਡੇ ਗਾਉਂ 'ਚ ਨਹੀਂ ਹੋਈ, ਨਾਲ ਦੇ ਗਾਉਂ 'ਚ ਹੋ ਗਈ ਆ। ਰਾਇਤੇ ਵਾਸਤੇ ਪਿਆਜ਼ ਕੱਟੀ ਹੈ, ਮੈਂ ਕਹਿੰਦਾ ਥੋੜ੍ਹਾ ਜਿਹਾ ਨਾ ਨਮਕ ਲਗਾ ਕੇ ਰੱਖਦਾ, ਫਿਰ ਨਾ ਇਹਨਾਂ ਦੀ ਗਰਦਨ ਮਰ ਜਾਂਦੀ ਹੈ, ਅਤੇ ਫਿਲਟਰ ਦਾ ਪਾਣੀ ਭਾਰ ਹੋ ਰਿਹਾ ਵਾ ਚਾਵਲਾਂ ਦੇ ਵਿੱਚ ਪਾਉਣੇ, ਅਤੇ ਉੱਧਰ ਮੈਂ ਚਾਵਲ ਲਿਆਵਾਂ ਛਾਣ ਕੇ, ਚੁੱਕ ਕੇ ਫਿਰ ਨਮਾਜ਼ ਪੜ੍ਹਾ, ਫਿਰ ਚਾਵਲ ਬਣਾਉਂਦੀ ਹਾਂ। ਚਲੋ ਚਾਵਲ ਮੈਂ ਛਾਣ ਲਈ ਹਾਂ, ਅਤੇ ਹੁਣ ਮੈਂ ਦੇਖ ਲੈਂਦੀ ਹਾਂ ਅਗਰ ਕੋਈ ਰੋਟ ਰੂਟ ਹੈ ਤਾਂ ਚੋਲ ਹੀ ਨਹੀਂ, ਹਲਦੀ ਲਗਾਈ ਚਾਵਲਾਂ ਨੂੰ। ਵੈਸੇ ਜਿਹੜੇ ਥਿਆਲੀ ਵਾਲੇ ਚਾਵਲ ਉਹਨਾਂ ਦੀ ਰੋਟ ਨਹੀਂ ਹੁੰਦੀ, ਲੇਕਿਨ ਮੈਂ ਚਾਰ ਦਿਨ ਚਲੀ ਭਿੰਨੀ ਆ ਕੇ ਪਹਿਲੇ ਨਮਾਜ਼ ਪੜ੍ਹ ਲਾਂ, ਚੋਲੇ ਬਸ। ਬਾਕੀ ਹਰ ਚੀਜ਼, ਪਾਣੀ ਦਾ ਜਾਗ ਹੋ ਗਿਆ, ਔਰ ਕੜਾਹੀ ਹੋ ਗਈ, ਚਮਚਾ, ਹਰ ਸ਼ਾ ਤਿਆਰ ਆ, ਇਹਨਾਂ ਨਾ ਕੇ ਪੀਣੀ। ਨਮਾਜ਼ ਅਦਾ ਕੀਤੀ ਆ, ਅਤੇ ਇਹ ਵਾਲੀ ਵਿੰਡੋ ਨਾ ਹੁਣ ਮੈਂ ਖੋਲ ਲਵਾਂ, ਕਿਉਂਕਿ ਹਵਾ ਆਉਂਦੀ ਰਹਿੰਦੀ, ਜਾਲੀ ਵੀ ਨਹੀਂ ਅੱਗੇ ਲਗਾਉਣੀ, ਬਸ ਇਸ ਤਰ੍ਹਾਂ ਹੀ ਖੋਲ ਲੈਣੀ ਆ। ਫਿਰ ਨਾ ਮੈਂ ਹੁਣ ਖਾਣਾ ਬਣਾਉਣਾ ਸ਼ੁਰੂ ਕਰਾਂ। ਠੰਡੀ ਹਵਾ ਆ ਰਹੀ ਹਲੀ, ਹੋਰ ਬੇ ਫਿਆਸ ਜਾਂਦੇ ਨੂੰ ਬੋਟੀਆਂ, ਬਸ ਚਾਰ ਕੇ ਪਾਉਣੀਆਂ ਸੈਕੇ ਵਾਸਤੇ, ਅਤੇ ਜ਼ਿਆਦਾ ਨਹੀਂ ਪਾਉਣੀਆਂ, ਕਿਉਂਕਿ ਅਲੀ ਨੇ ਵੀ ਨਹੀਂ ਖਾਣੀਆਂ, ਮੈਂ ਵੀ ਨਹੀਂ ਖਾਣੀਆਂ ਬੇ ਫਿਆਸ, ਅਤੇ ਅੰਮਾ ਜੀ ਖਾ ਲੈਣਗੀਆਂ। ਬੇ ਫਿਆਸ ਨੇ ਵੀ ਨਿੱਕੀ ਜੀ ਇੱਕ ਗੋਲ ਲੈਣੀ ਆ, ਬਾਕੀ ਅੰਮਾ ਜੀ ਕਦੇ ਹੁਣ ਖਾਧੀਆਂ ਨਹੀਂ ਜਾਂਦੀਆਂ, ਬਾਜੀ ਨੇ ਵੀ ਨਵੇਂ ਦੰਦ ਲੱਗੇ, ਇੱਕੋ ਬੋਟੀ ਬਸ ਅੰਮਾ ਜੀ ਨੇ ਲੈਗ ਪੀਸ ਖਾਣਾ ਹੁੰਦਾ। ਆਇਲ ਪਾ ਲਿਆ, ਆਇਲ ਨੇ ਚੰਗੀ ਤਰ੍ਹਾਂ ਗਰਮ ਕਰਦੀ ਹਾਂ, ਨਾਲ ਨਾਲ ਮੈਂ ਕੁੰਡਾ ਰੱਖਾਂ, ਹਰੀ ਮਿਰਚ ਕੁੱਟਾਂ, ਰਾਇਤੇ ਦਾ ਸਮਾਨ ਤਿਆਰ ਕਰਾਂ, ਨਾਲ ਹੁਣ ਮੈਂ ਪਹਿਲੇ ਨਾ ਅੱਗ ਫੜ ਫੜ ਕੱਢ ਰਹੀ ਹੈ ਨਾ, ਸਿਰਫ ਇੱਧਰੋਂ ਹਵਾ ਆ ਰਹੀ ਹੈ ਠੰਡੀ, ਖਿਲ ਰਹੀ ਹੈ ਨਾ, ਇੰਨੀ ਠੰਡੀ ਹਵਾ ਆਉਂਦੀ ਆ ਮੈਨੂੰ ਤਾਂ। ਇੱਥੇ ਨਾ ਮੈਂ ਅੱਗੇ ਜਾਲੀ ਕਰ ਦਿੰਦੀ ਹਾਂ, ਚੱਕ ਹਿੱਸਾ ਇੱਕ ਆਇਆ ਨਾ ਹੋਵੇ। ਅੱਛੀ ਤਰ੍ਹਾਂ ਚਾਵਲ ਧੋ ਲੈਂਦੇ ਹਾਂ, ਆਇਲ ਗਰਮ ਹੋ ਗਿਆ ਵਾ, ਇੱਥੇ ਪਿਆਜ਼ ਪਾਉਂਦੇ ਹਾਂ, ਚਾਵਲ ਮੈਂ ਭੇਜ ਕੇ ਰੱਖੇ ਹੀ ਆ,
ਚਾਲ ਨੂੰ ਗੋਲਡਨ ਬਰਾਊਨ ਕਰਦੇ ਹਾਂ, ਨਾਲ ਨਾਲ ਮੈਂ ਰਾਇਤੇ ਦਾ ਸਮਾਨ ਤਿਆਰ ਕਰਾਂ। ਚਾਲ ਤਾਂ ਕੱਟੇ ਆ, ਬਸ ਖੀਰਾ ਹੈ ਨਹੀਂ ਔਰ ਹਰੀਆਂ ਮਿਰਚਾਂ ਕੁੱਟਣੀਆਂ ਵਾ। ਲਾਈਟ ਮੁਹਤਰਮਾ ਜਿਹੜਾ ਨਾ ਚਲੀ ਗਈ ਆ, ਅਤੇ ਇਹ ਮੈਂ ਦਰਵਾਜ਼ਾ ਬੰਦ ਕੀਤਾ ਕਿਉਂਕਿ ਧੂਪ ਆ ਰਹੀ ਸੀ ਇੱਧਰੋਂ, ਅਤੇ ਇਹ ਵਾਲਾ ਦਰਵਾਜ਼ਾ ਜਿਹੜਾ ਨਾ ਮੈਂ ਖੋਲ੍ਹਿਆ ਵਾ। ਮੋਬਾਈਲ ਦੀ ਮੈਂ ਲਾਈਟ ਔਨ ਕੀਤੀ ਆ, ਪਿਆਰ ਬਸ ਗੋਲਡਨ ਬਰਾਊਨ ਹੋ ਚੱਲੇ ਆ, ਅਤੇ ਇੱਧਰ ਮੈਂ ਮਿਰਚਾਂ ਹੀ ਰੱਖੀਆਂ ਵਾ, ਇਹਨਾਂ 'ਤੇ ਮੈਂ ਟੰਡੀਆਂ ਹਾਲੇ ਉਤਾਰਨੀਆਂ ਵਾ, ਫਿਰ ਮੈਂ ਕਿਹਾ ਘੁੱਟਦੀ ਹਾਂ। ਅਤੇ ਲਾਈਟ ਹੀ ਉਨੀ ਦੇਰ ਚਲੀ ਗਈ, ਅੰਦਰ ਮੈਂ ਦਰਵਾਜ਼ਾ ਖੋਲ੍ਹਣ ਚਲ ਗਿਆ, ਫਿਰ ਟੰਡੀ ਉਤਾਰ ਕੇ ਫਿਰ ਘੁੱਟਦੀ ਹਾਂ ਰਾਇਤੇ ਵਾਸਤੇ। ਅੱਛਾ ਜੀ, ਪਿਆਜ਼ ਗੋਲਡਨ ਬਰਾਊਨ ਹੋ ਗਏ ਆ, ਅਤੇ ਮੈਂ ਕਿਹਾ ਅਸੀਂ ਹੁੱਡ ਜਲਾਉਂਦੀ ਹਾਂ, ਲੇਕਿਨ ਲਾਈਟ ਹੀ ਚਲੀ ਗਈ। ਲੈਗ ਪੀਸ ਇਹਨੂੰ ਮੈਂ ਤੱਕ ਲਗਾ ਲਿਆ ਵਾ, ਦੇਖੋ ਕੱਟ ਕਲਰ ਚੇਂਜ ਕਰਦੇ ਹਾਂ। ਕਲਰ ਚੇਂਜ ਹੋ ਗਿਆ, ਅਤੇ ਇੱਥੇ ਮੈਂ ਪਾਉਂਗੀ ਮਟਰਾਂ ਦੇ ਦਾਣੇ, ਅਤੇ ਮਟਰ ਸਫਰ ਟਮਾਟਰ, ਟਮਾਟਰਾਂ ਦੇ ਨਾ ਪਾਣੀ ਦੇ ਵਿੱਚ ਮਟਰ ਨਰਮ ਹੋ ਜਾਣਗੇ, ਨਾਲੇ ਚਿਕਨ ਵੀ ਥੋੜ੍ਹਾ ਫਰਾਈ ਹੋ ਜਾਏਗਾ। ਪਾਊਡਰ ਮਸਾਲੇ ਪਾ ਦਿੰਦੇ ਹਾਂ। ਪਾਊਡਰ ਮਸਾਲੇ ਵੀ ਅਸੀਂ ਲਏ ਆ, ਮੋਟੀ ਇਲਾਇਚੀ, ਛੋਟੀ ਇਲਾਇਚੀ, ਦਾਲਚੀਨੀ, ਨਮਕ, ਕਾਲੀ ਮਿਰਚ, ਕੁੱਟੀ ਮਿਰਚ ਔਰ ਮਿਰਚਾ ਪਾਊਡਰ। ਅਤੇ ਚੰਗੀ ਤਰ੍ਹਾਂ ਨਾ ਟਮਾਟਰ ਨਰਮ ਹੋਣ ਦਿੰਦੇ ਹਾਂ, ਪਾਣੀ ਦੇ ਛਿੱਟੇ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਟਮਾਟਰਾਂ ਨੇ ਪਾਣੀ ਛੱਡ ਦਿੱਤਾ। ਅੱਛਾ ਜੀ, ਮਿਰਚਾਂ ਕੱਟੀਆਂ ਮੈਂ, ਅਤੇ ਇਹਦੇ ਮੈਂ ਢੱਕਣ ਭਰ ਦਿੱਤਾ, ਟਮਾਟਰ ਫਟਾਫਟ ਨਰਮ ਹੋ ਜਾਣ, ਅੱਲਾ ਦਾ ਸ਼ੁਕਰ ਲਾਈਟ ਵੀ ਪੀ ਗਈ ਆ। ਅਤੇ ਬਰਤਨ ਨਾਲ ਨਾਲ ਧੋ ਲੈਂਦੀ ਆਲੂ ਪਾਉਣੇ, ਲੇਕਿਨ ਹਾਲੇ ਨਹੀਂ ਕਿਉਂਕਿ ਆਲੂ ਬਰੀਕ ਬਰੀਕ ਮੈਂ ਕੱਟੇ ਆ, ਇਸ ਕਰਕੇ। ਲਾਈਟ ਸਾਡੀ ਵਿਚਾਰੀ ਫਿਰ ਚਲ ਗਈ ਆ। ਉੱਪਰ ਮੈਂ ਕਵਰ ਕੀਤਾ ਸੀ ਤਾਂ ਮਟਰ ਨਾ ਨਰਮ ਹੋ ਜਾਣ ਥੋੜ੍ਹਾ ਜਿਹਾ ਪਾਣੀ ਪਾ। ਇੱਥੇ ਹੁਣ ਮੈਂ ਆਲੂ ਪਾ ਦੇਣੇ ਆ, ਤਕਰੀਬਨ 7-8 ਮਿੰਟ ਵਾਸਤੇ ਹੋਰ ਬਣਾਈ ਕਰੂੰਗੀ। ਹਰੀ ਮਿਰਚ ਵੀ ਕੁੱਟਦੀ ਆ, ਲੇਕਿਨ ਉੱਧਰ ਨਾ ਪਾਣੀ ਪਾਉਣਾ ਹੋਵੇ ਫਿਰ ਇਹ 'ਚ ਨਹੀਂ ਪਾਉਂਦੀ ਆ। ਇਸ ਲਾਈਟ ਬਹੁਤ ਜ਼ਿਆਦਾ ਤੰਗ ਕਰ ਰਹੀ ਆ, ਬਹੁਤ ਜ਼ਿਆਦਾ ਲਾਈਟ ਤੰਗ ਕਰ ਰਹੀ ਆ। ਮੈਂ ਕਹਿੰਦੀ ਹਾਂ ਉਹਨਾਂ ਨੇ ਆਉਣਾ ਨਾ, ਉਹਨਾਂ ਨੇ ਆਉਣ ਤੋਂ ਪਹਿਲੇ ਖਾਣਾ ਬਣ ਜਾਵੇ। ਲਾਈਟ ਤੰਗ ਕਰ ਰਹੀ ਆ, ਫਿਰ ਲੈਂਪ ਤਾਂ ਹੈ ਲੇਕਿਨ ਸੋਲਰ ਤਾਂ ਸਿਰਫ ਦਿਨ ਦਿਨ ਟਾਈਮ ਦਾ ਨਾ। ਮੇਰਾ ਬਰਤਨ ਨਾ ਛੋਟਾ ਨਿਕਲੇ, ਬਾਕੀ ਗੱਲਾਂ ਦੀਆਂ ਗੱਲਾਂ। ਮਟਰਾਂ ਵਾਲੇ ਚਾਵਲ ਮੇਰੇ ਬੜੇ ਫੇਵਰੇਟ ਆ। ਦੋ ਮੱਗੇ ਦੇ ਆ ਥੋੜ੍ਹਾ ਜਿਹਾ ਉੱਤੇ, ਕਿਉਂਕਿ ਚਾਵਲ ਮੈਂ ਮੱਗੇ ਤੋਂ ਉੱਪਰ ਲੈ ਕੇ ਆਈ ਹਾਂ। ਇਹ ਉਹਦਾ ਪਾਣੀ ਅੱਛੀ ਤਰ੍ਹਾਂ ਮਿਕਸ ਕਰਦੇ ਹਾਂ, ਉੱਪਰੋਂ ਕਵਰ ਕਰ ਦਿੰਦੇ ਹਾਂ, ਹੋਰ ਬਾਅਦ ਮੌਸਮ ਵੀ ਮੈਨੂੰ ਲੱਗਦਾ ਬੱਦਲ ਹੋ ਗਏ, ਅਤੇ ਉੱਪਰ ਢੱਕਣ ਦਿੰਦੇ, ਪਾਣੀ ਪੱਕਣ ਦਿੰਦੇ ਹਾਂ। ਦਹੀਂ ਵੀ ਪਾ ਲਿਆ ਥੋੜ੍ਹਾ ਜਿਹਾ, ਵਿੱਚ ਮੈਂ ਪਾਣੀ ਪਾਇਆ ਤਾਂ ਬਹੁਤੇ ਸੰਘਣਾ ਸੀ ਦਹੀਂ। ਥੋੜ੍ਹਾ ਜਿਹਾ ਨਮਕ ਪਾ ਲੈਂਦੀ ਵਿੱਚ, ਨਮਕ ਲਾਈਟ ਰੱਖਣਾ ਵਾ ਕਿਉਂਕਿ ਬਾਜੀ ਦਾ ਵੀ ਬੀਪੀ ਵੱਧਦਾ, ਅੰਮਾ ਜੀ ਦਾ ਵੀ ਔਰ ਬਾਈ ਫਿਆਜ਼ ਦਾ ਵੀ। ਮੇਰਾ ਕਦੀ ਵੱਧ ਜਾਂਦਾ ਕਦੀ ਲੋ ਹੋ ਜਾਂਦਾ, ਮੇਰੇ ਬੀਪੀ ਦਾ ਕੋਈ ਚੀਜ਼ ਮਜ਼ਬ ਨਹੀਂ ਹੈ।
ਤਰ੍ਹਾਂ ਮਿਕਸ ਕਰਕੇ ਨਾ ਨਮਕ ਚੈੱਕ ਕਰ ਲੈਂਦੇ ਹਾਂ ਅਤੇ ਫਰਿੱਜ 'ਚ ਰੱਖ ਦੇਣਾ ਖੱਟਾ ਨਾ ਹੋਵੇ ਕਿਉਂਕਿ ਲਾਈਟ ਹੈ ਨਹੀਂ ਹਾਲੇ ਪਾਣੀ ਪੱਕਣਾ ਵਾ ਦਮ ਦੇਣਾ ਵਾ ਫਿਰ ਚਲੋ ਜੀ ਬਾਹਰ ਨਿਕਲੀ ਪਾਣੀ ਪੱਕਦਾ ਮੈਂ ਥੋੜ੍ਹੀ ਜਿਹੀ ਹਵਾ ਲਿਆ ਕਿ ਮੈਂ ਡਿੱਗੀ ਨਹੀਂ ਬੰਦ ਕੀਤੀ ਮੈਂ ਕਿਹਾ ਇੱਥੇ ਪਾਣੀ ਰੱਖਣਾ ਤਾਂ ਕਰਕੇ ਬਾਈ ਅਤੇ ਹਾਲੇ ਗਏ ਆ ਮੋਟਰਸਾਈਕਲ 'ਤੇ ਮਾਸ਼ਾ ਅੱਲਾਹ ਹਾਲੇ ਸੂਰਜ ਰੂਪ ਨਹੀਂ ਹੋਇਆ ਇੱਧਰ ਕਿੰਨਾ ਲੁੰਡਾ ਲੁੰਡਾ ਲੱਗਦਾ ਪਲਾਟ ਹੁਣ ਵੀ ਥੋੜ੍ਹੇ ਦਿਨ ਤਾਂ ਲੱਗਣਾ ਫਿਰ ਸੈੱਟ ਹੋਣਾ ਵਾ ਅੱਲਾਹ ਕਰੀ ਹੁਣ ਛੇਤੀ ਛੇਤੀ ਆ ਜਾਣ ਫਿਆਸ ਅਤੇ ਹਾਲੀ ਕਰਨਾ ਹੁਣ ਤਾਂ ਦਿਲ ਨਹੀਂ ਲੱਗਦਾ ਸਾਡੇ ਬੂਟੇ ਨੂੰ ਹੁਣ ਫਲ ਚੱਕਣ ਦਿਆ ਵਾ ਜੀ ਕਹਿ ਰਹੇ ਕਿ ਦੇਸੀ ਹੈ ਸਾਡਾ ਬੂਟਾ ਨਿੰਬੂ ਦਾ ਨਾ ਦੇਸੀ ਆ ਮਾਸ਼ਾ ਅੱਲਾਹ ਇੱਧਰ ਲਾ ਦੇਖਾਂ ਇਹ ਬਾਰਿਸ਼ ਪਈ ਆ ਲੇਕਿਨ ਦੇਖੋ ਨਾ ਖੁਸ਼ਕ ਪਲਾਟ ਹੋਇਆ ਪਿਆ ਇੱਧਰਲੇ ਪੌਦਿਆਂ ਵਾਲੀ ਝਾਤੀ ਮਾਰੀ ਆ ਅੰਬ ਮਾਸ਼ਾ ਅੱਲਾਹ ਸਹੀ ਆ ਹੋਰ ਕੁਛ ਹੋਵੇ ਨਾ ਹੋਵੇ ਇਸ ਇਲਾਕੇ 'ਚ ਅੰਬ ਸਹੀ ਹੁੰਦਾ ਵਾ ਅੰਬ ਅਤੇ ਬਾਗ ਐਂ ਦੇਖੋ ਐਂ ਸਾਡਾ ਅੰਬ ਚੱਲ ਪਿਆ ਜੀ ਖੂਬਸੂਰਤ ਬਿਜਲੀਆਂ ਦੀਆਂ ਆਵਾਜ਼ਾਂ ਸੁਣੋ ਜੀ ਘੁੱਗੀ ਬੋਲਣ ਦੇ ਹੀ ਉਹ ਤਾਰਾਂ 'ਤੇ ਬੈਠੀ ਇਹ ਮੂੰਗੀ ਜਿਹੜਾ ਨਾ ਬਿਲਕੁਲ ਖਰਾਬ ਹੋ ਗਈ ਆ ਇਸ ਮੂੰਗੀ ਦੇ ਪੱਲੇ ਕੱਖ ਨਹੀਂ ਹੈ ਕਿਉਂਕਿ ਜ਼ਬਰਦਸਤ ਫਲ ਸੀ ਇਹ ਦੇਖੋ ਨਾ ਬਿਲਕੁਲ ਫਲੀਆਂ ਠੀਕ ਹੈ ਲੇਕਿਨ ਇਹ ਕਿ ਕਾਲੀਆਂ ਹੋ ਗਈਆਂ ਵਿੱਚੋਂ ਬਿਲਕੁਲ ਖਰਾਬ ਹੋ ਗਈ ਮੂੰਗੀ ਮੈਂ ਹੁਣ ਜਾ ਰਹੀ ਹਾਂ ਘਰ ਦੇਖਾਂ ਜਾ ਕੇ ਪਾਣੀ ਪੱਕਦਾ ਹੋਣਾ ਜਾ ਕੇ ਚੈੱਕ ਕਰਦੀ ਹਾਂ ਬਾਈ ਚਾਰਜ ਦੇ ਫੋਨ ਦੀ ਬੈਟਰੀ ਵੀ ਨਹੀਂ ਹੈ ਹਾਲੇ ਮੈਂ ਬਾਈ ਚਾਰਜ ਦੇ ਆਉਂਦੇ ਨੂੰ ਫੋਨ ਚੰਗੀ ਤਰ੍ਹਾਂ ਚਮਕਾ ਕੇ ਰੱਖਣਾ ਕਿਉਂਕਿ ਇੱਕ ਹੱਥ ਨਾਲ ਮੈਂ ਵਲੋਗ ਬਣਾ ਰਹੀ ਸੀ ਇੱਕ ਹੱਥ ਨਾਲ ਖਾਣਾ ਬਣਾ ਰਹੀ ਸੀ ਫਿਰ ਨਾ ਜਦੋਂ ਫੋਨ ਨੂੰ ਹੱਥ ਲੱਗ ਦੇਣ ਕਿਉਂਕਿ ਮਸੀ ਮਸੀ ਤਾਂ ਮੇਰੇ ਭਰਾ ਨੇ ਲਿਆ ਵਾ ਆਈਫੋਨ ਇਹਦੀ ਜਿੰਨੀ ਕਦਰ ਕਰ ਲਓ ਉੱਨੀ ਥੋੜ੍ਹੀ ਕਿਉਂਕਿ ਹਨੇਰੇ 'ਚ ਵੀ ਕੰਮ ਹੁੰਦਾ ਇਸ ਕਰਕੇ ਬਾਹਰ ਧੁੱਪ ਹੀ ਮੈਂ ਕਿਹਾ ਸੀ ਤਾਂ ਮੈਂ ਨਿਕਲੀ ਸੀ ਨਾਲੇ ਹਵਾ ਲਵਾਂ ਨਾਲੇ ਕੱਪੜੇ ਧੋਤੇ ਅਤੇ ਉਹ ਮੈਂ ਜਿਹੜਾ ਨਾ ਲਾ ਲਵਾਂ ਅਤੇ ਹੁਣ ਪਾਣੀ ਪੱਕ ਜੇ ਅਤੇ ਫਿਰ ਮੈਂ ਚਾਵਲ ਪਾਉਂਦੀ ਹਾਂ ਜਾ ਕੇ ਹਾਲੀ ਘਰ ਨਹੀਂ ਹਾਲੇ ਦਿਲ ਨਹੀਂ ਲੱਗਦਾ ਇਸ ਕਰਕੇ ਘਰ ਜਾਣੇ ਨੂੰ ਬਿਲਕੁਲ ਦਿਲ ਨਹੀਂ ਕਰਦਾ ਜਦੋਂ ਮੈਂ ਸੁਬਾਹ ਦੁੱਧ ਲੈ ਜਾਂਦੀ ਹਾਂ ਨਾ ਅਤੇ ਅਲੀ ਵੀ ਬਾਹਰ ਜਾ ਕੇ ਖੜ੍ਹੇ ਹੁੰਦੇ ਆ ਸੱਚੀ ਜੀਆਂ ਨੇ ਰੌਣਕਾਂ ਲਾਈਟ ਬਹੁਤ ਜ਼ਿਆਦਾ ਜ਼ਲੀਲ ਕਰ ਰਹੀ ਆ ਅੱਗੇ ਗਈ ਆ ਹੁਣ ਫਿਰ ਆ ਗਈ ਆ ਮੈਂ ਹੁਣ ਨਾ ਫਿਰ ਪਾਣੀ ਪੱਕਣ ਲੱਗ ਪਿਆ ਚਾਵਲ ਪਾ ਦਾਂ ਅਤੇ ਫੋਨ ਵੇਚਣਾ ਗਿਰ ਜੇ ਦੇਖੋ ਪਾਣੀ ਪੱਕਣ ਲੱਗ ਪਿਆ ਫੋਨ ਮੈਂ ਲੱਗੀ ਚਾਰਜਰ ਲਾਉਣ ਨਮਕ ਚੈੱਕ ਕਰਕੇ ਫਿਰ ਪਾਣੀ ਖੁਸ਼ ਹੁੰਦਾ ਤਾਂ ਦਮ ਦੇ ਦਿੰਦੀ ਹਾਂ ਚਾਹੀਦਾ ਚਾਰਜਰ ਗੱਡੀ 'ਚ ਰੱਖਿਆ ਸੀ ਕਿਉਂਕਿ ਪਹਿਲੇ ਬਾਈ ਜਾ ਰਿਹਾ ਸੀ ਕਾਰ 'ਤੇ ਫਿਰ ਮੋਟਰਸਾਈਕਲ 'ਤੇ ਚਲੇ ਗਏ ਫਿਰ ਸਲਾਹ ਬਦਲ ਗਈ ਇਹਨਾਂ ਦੀ ਇਹ ਭਾਬੀਆਂ ਨੇ ਅੱਜ ਸ਼ੋਪਿੰਗ ਕੀਤੀ ਆ ਇਹ ਜੀ ਬਾਈ ਫਿਰ ਆਹਦਾ ਟੂਲ ਪਲਾਜ਼ਾ ਪਿਆ ਖੁੱਲ੍ਹੇ ਵੈਸੇ ਫਿਰ ਕਿਸੇ ਟਾਈਮ ਨਹੀਂ ਵੀ ਆਉਂਦੇ ਇਸ ਕਰਕੇ ਮੈਂ ਹੁਣ ਹੈਂਡ ਫਰੀ ਵੀ ਕੱਢ ਲਵਾਂ ਇਹ ਵੀ ਕਿਉਂਕਿ ਪਹਿਲੇ ਬਾਈ ਫਿਰ ਚੱਲੇ ਸੀ ਸਿੱਧੇ ਉਹਨਾਂ ਨੇ ਫਿਰ ਗਾਂਹ ਚਲੇ ਜਾਣਾ ਸੀ ਫਿਰ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ ਮੇਰੇ ਆਉਂਦੇ ਨੂੰ ਨਾ ਅਲੀ ਨੇ ਇਹ ਵਾਲੀ ਬੈਡਸ਼ੀਟ ਪਾ ਕੇ ਰੱਖੀ ਹੋਈ ਆ ਅਤੇ ਸੋਹਣੀ ਲੱਗੀ ਪਾਈ ਹੋਈ ਮਾਸ਼ਾ ਅੱਲਾਹ ਖੂਬਸੂਰਤ ਆ ਮਾਸ਼ਾ ਮੇਰੇ ਕੋਲ ਬਾਈ ਦੇ ਫੋਨ ਦੀ ਲਾਈਟ ਹੀ ਨਹੀਂ ਬੜ ਰਹੀ ਖਾਓ ਜੀ ਚਾਵਲ ਸਬਜ਼ੀਆਂ ਵਾਲੇ ਚਾਵਲ ਓਏ ਹੋਏ ਹੋਏ ਕਿਆ ਬਾਤ ਆ ਮਾਸ਼ਾ ਅੱਲਾਹ ਅੱਜ ਵਿਊ ਬੜਾ ਜ਼ਬਰਦਸਤ ਆ ਰਿਹਾ ਨਹੀਂ ਕਿਉਂ ਵਿੱਚ ਆਲੂ ਅੱਛਾ ਉਹ ਜਿਹੜਾ ਤੁਸੀਂ ਗਮਲੇ ਇੱਥੇ ਰੱਖਿਆ ਉਹ ਬੜਾ ਜ਼ਬਰਦਸਤ ਕੰਮ ਕੀਤਾ ਹੈ ਫਿਆ ਉਹਦੇ ਇੱਥੇ ਸੋਹਣੇ ਵੀ ਇੱਥੇ ਲੱਗਦੇ ਨੇ ਮੈਨੂੰ ਉਹ ਪਤਾ ਬਹੁਤ ਫੇਰ ਲੱਗ ਰਿਹਾ ਜਿਹੜਾ ਉਹ ਲਾ ਦਿਆਂ ਉਹ ਜਿਹੜਾ ਪਰਲਾ ਸਭ ਤੋਂ ਜਿਹੜਾ ਆਪਾਂ ਮੋਟਰਸਾਈਕਲ ਤੇ ਲੈ ਕੇ ਆਏ ਸੀ ਔਰ ਲਵ ਨਿਕਲ ਆ ਸਪੀਕਰ ਨਹੀਂ ਸਪੀਕਰ ਨਹੀਂ ਉਹ ਪਰਲਾ ਆਦਲ ਦਰਮਿਆਨ ਦਾ ਉਹ ਇਸ ਵੇਲੇ ਸੌਂ ਜਾਂਦੇ ਉਹ ਮੈਂ ਨਹੀਂ ਬਹੁਤ ਸੌਂਦਾ ਆ ਹੈ ਕੀ ਨਾਮ ਹੈ ਇਹਦਾ ਹੈਬਿਟ ਕਾ ਸੀ ਕੀ ਬੋਲਦੇ ਨੇ ਇਹ ਵੀ ਇਸ ਟਾਈਮ ਸੌਂ ਜਾਂਦਾ ਵਾ ਨਹੀਂ ਇਹ ਨਹੀਂ ਸੌਂਦਾ ਆਦਲ ਸੌਂਦਾ
ਸਹੀ ਆ ਨਾ ਪਤਾ ਪਤਾ ਵਾ ਅੱਛਾ ਜੀ ਅਸੀਂ ਹੁਣ ਖਾ ਲਈਏ ਚਾਵਲ ਚਾਵਲ ਹੋਏ 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 ਮੇਰੀ ਕਿਵੇਂ ਵਿੱਚ ਨਾ ਪੈ ਲੱਗ ਗੋਟੀ ਨਾਲ ਇਹ ਪੋਣਾ ਹੀ ਨਹੀਂ ਸੀ ਯਾਰ ਤਿੰਨ ਗੋਟੀਆਂ ਚੱਲ ਪਈਆਂ ਬਸ ਅੱਛਾ ਜੀ ਵਲੌਗ ਦਾ ਐਂਡ ਕਰਦੇ ਹਾਂ ਅੱਲਾ ਹਾਫਿਜ਼ मुझे ये वाला पौधा जो है ना ये बहुत ज़्यादा पसंद है क्योंकि इसके बहुत ज़्यादा फूल लगते हैं और गुच्छों में लगते हैं अभी ये नीचे वाला देखें फूल कितना ज़बरदस्त माशाल्लाह खिला हुआ है ये फूल और ये पौधा जो है ना ये बहुत प्यारा पौधा है जान वाला पौधा है ठीक है ये वाला मुझे ये वाला पौधा पसंद है ये वाला ये भी मैं लेके जाऊँगा मुझे बहुत प्यारा लगता है ये भी मैं जब मैं और भैया लेके आए थे मैंने देखा था मैंने कहा भाई ये पौधा लाजमी लेना है तो ये फिर हमने लिया था इसको पहले ये चीज़ लगती है इस तरह की ये चीज़ उसके बाद जो है ना ये फिर फूल बनते हैं इस तरह के इसको ये मौत जा जाएंगे सुबह फिर ये खिल जाएंगे भाई कह रहे थे ये सीन होता है इसका ये भी बहुत प्यारा है